ਸਾਧ ਸੰਗਤ ਜੀ, ਜੈ ਪੀਰਾਂ ਦੀ, ਲੱਖ ਦਾਤਾ ਜੰਡਾਂ ਵਾਲੇ ਦੀ, ਬੋਲ ਸਾਚੇ ਦਰਬਾਰ ਕੀ ਜੈ। ਸਾਧ ਸੰਗਤ ਜੀ, ਅਸੀਂ ਸਲਾਨਾ ਮੇਲਾ ਮਨਾ ਰਹੇ ਹਾਂ ਔਰ 15-16 ਤਰੀਕ ਨੂੰ ਮਨਾ ਰਹੇ ਹਾਂ। ਸਾਰੀ ਸੰਗਤ ਨੂੰ ਬੇਨਤੀ ਹੈ, ਹੱਥ ਜੋੜ ਕੇ ਦਾਸ ਵੱਲੋਂ ਵੀ ਇਸ ਮੇਲੇ ਦੇ ਪਹੁੰਚਣ ਦੀ ਕਿਰਪਾਲਤਾ ਕਰਨੀ, ਮੇਲੇ ਦੀ ਰੌਣਕ ਨੂੰ ਵਧਾਉਣਾ। ਤੋ ਸਾਧ ਸੰਗਤ ਅੱਗੇ ਇਹੀ ਅਰਜ ਹੈ, ਬੇਨਤੀ ਹੈ ਕਿ ਪਹੁੰਚ ਕੇ ਆ ਕੇ ਹਾਜ਼ਰੀਆਂ ਲਵਾਓ ਦਰਬਾਰ ਵਿੱਚ, ਆਪਣਾ ਜੀਵਨ ਸਫਲ ਬਣਾਓ ਅਤੇ ਰੌਣਕ ਵਧਾਓ ਅਤੇ ਦਾਤਾ ਜੀ ਸਭ 'ਤੇ ਮਿਹਰ ਪਰਿਹਾਰ ਰੱਖਣ, ਚੜ੍ਹਦੀ ਕਲਾ ਬਖਸ਼ਣ, ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ। ਜੋ ਵੀ ਆਸ ਲੈ ਕੇ ਆਏ ਉਹ ਪੂਰਨ ਹੋਵੇ। ਜੋ ਵੀ ਦਾਸ ਵੱਲੋਂ ਬੇਨਤੀ ਹੈ ਆਪ ਨੇ ਕਬੂਲ ਕਰਨੀ ਹੈ, ਬੇਨਤੀ ਹੈ ਮਨਜ਼ੂਰ ਕਰਨੀ ਹੈ। ਤੋ ਇਹ ਸਤ ਸੰਗਤ ਅੱਗੇ ਬੇਨਤੀ ਹੈ ਕਿ 15-16 ਤਰੀਕ ਨੂੰ 2 ਦਿਨ ਇਹ ਸਲਾਨਾ ਮੇਲਾ ਚੱਲਦਾ ਹੈ ਹਰ ਸਾਲ, ਕਿਉਂਕਿ 15 ਨੂੰ ਦਿਨ ਬੁੱਧਵਾਰ ਸਵੇਰੇ 9 ਵਜੇ ਨਿਸ਼ਾਨ ਸਾਹਿਬਾਂ ਦੀ ਰਸਮ ਹੋਣੀ ਹੈ, ਚੜ੍ਹਾਉਣੇ ਆ ਨਿਸ਼ਾਨ ਸਾਹਿਬ ਚੜ੍ਹਾਉਣੇ ਹੈ। ਤੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਸ ਟਾਈਮ 'ਤੇ ਵੀ ਆ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਾਉਣੀ ਹੈ ਔਰ ਉਸ ਤੋਂ ਬਾਅਦ ਚਾਹ ਦੇ ਭੰਡਾਰੇ ਚੱਲਣਗੇ, ਲੰਗਰ 1 ਵਜੇ ਚੱਲੇਗਾ। ਉਸ ਤੋਂ ਬਾਅਦ ਰਾਤ ਨੂੰ, ਬੁੱਧਵਾਰ ਰਾਤ ਨੂੰ 15 ਤਰੀਕ ਨੂੰ ਰਾਤ ਨੂੰ ਨਕਲਾਂ ਹੋਣਗੀਆਂ। ਉਸ ਤੋਂ ਬਾਅਦ ਸੁਬਹਾ ਵੀਰਵਾਰ ਮੇਲਾ ਸਜੇਗਾ। ਤੋ ਰੌਣਕ ਵਧਾਉਣੀ ਹੈ, ਇਹੀ ਬੇਨਤੀ ਹੈ ਦਾਸ ਵੱਲੋਂ ਕਿ ਆਕਰ ਵੀਰਵਾਰ ਨੂੰ ਮੇਲੇ ਦੀ ਰੌਣਕ ਨੂੰ ਵਧਾਉਣਾ ਹੈ, ਹਾਜ਼ਰੀਆਂ ਲਵਾਉਣੀਆਂ ਹੈ, ਆਪਣਾ ਜੀਵਨ ਸਫਲ ਬਣਾਉਣਾ ਹੈ। ਤੋ ਇਹ ਦਾਸ ਵੱਲੋਂ ਬੇਨਤੀ ਹੈ ਕਿ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ। ਇਹ ਦਾਸ ਵੱਲੋਂ ਬੇਨਤੀ ਹੈ ਕਿ ਦਾਸ ਦੀ ਵੀ ਬੇਨਤੀ ਮਨਜ਼ੂਰ ਹੋ ਜਾਏ। ਤੋ ਤੁਹਾਡੇ ਸਾਧ ਸੰਗਤ ਵਾਸਤੇ ਅਸੀਂ ਵੀ ਦਾਤਿਆਂ ਮੋਹਰੇ, ਮਾਲਕਾਂ ਮੋਹਰੇ ਅਰਦਾਸਾਂ ਬੇਨਤੀਆਂ ਕਰਾਂਗੇ, ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ। ਆਪਦੇ ਚਰਨਾਂ 'ਚ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉਸ ਦਿਨ ਪਹੁੰਚ ਕੇ ਆਪਣੇ ਰੌਣਕ ਨੂੰ ਵਧਾਉਣਾ ਹੈ। ਜਕਾਰਾ ਲੱਖ ਦਾਤਾ ਜੰਡਾ ਵਾਲੇ ਪੀਰ ਦਾ, ਬੋਲ ਸਾਚੇ ਦਰਬਾਰ ਕੀ ਜੈ। ਜਕਾਰਾ 11ਵੀਂ ਵਾਲੀ ਸਰਕਾਰ ਦਾ, ਬੋਲ ਸਾਚੇ ਦਰਬਾਰ ਕੀ। ਜਕਾਰਾ ਗੁਰੂ ਪੀਰਾਂ ਪੈਗੰਬਰਾਂ ਦਾ, ਬੋਲ ਸਾਚੇ ਦਰਬਾਰ ਕੀ ਜੈ।